हाँ भाई मेरा चेक करो साइज, साइज छोटा है दा। हाँ जी छोटा साइज है ताड़ी किन्नी वेस्ट है मरे मैं पेंट लैन आया की विखाउणा बा आहो आहो लस्सी पानी दा रहन दियो रहन दियो आहो हुण तुसीं पी के ही आए होणे आ नहीं मेरा किनो ना ही ढिड भर गया जा परे हो जा लांबे हो जा हेलो इधरा खेचना ओए खेचना इधर हो जा बूटे तो मैं ताजे किनो ले जाने घर अज चिंतन प्योर दा भला की है जी दसो जरा हनी 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 भला की हुंदा हनी अलबेला नहीं हां हां हनी शहद वाह देखो वाह जी वाह की एदा नाम जी एदा नाम है जी हनी कैराडाइमोन हनी कैराडाइमोम हनी ओए होए होए यानी के हनी लैंड वालों दा अच्छा इच इलायची भी है हाँ जी ये इलायची का बनया जी ए जरा जायका वा ना टेस्ट इलायची का पाया हाँ, अच्छा अच्छा जिस हाँ गाना भी बनया सी वे तू लौंग वे मैं इलायची तेरे पिछे अगवाची नहीं मैंने तो तर्ज भुल चल ना पढ़ जे नहीं आता तो ये तुम हर्बल चीज़ आ जी तुहानू पता भी अगे भी तुम जानते हो बिल्कुल हनी जो हों प्योर बनाया जी उन्होंने चिल्तन प्योर वाले ने यानी कि हर्बल आ हर्बल तो लाजमी इस्तेमाल करना वा जी साड़ी रिक्वेस्ट थे चिल्तन प्योर दी बेहतरीन प्रोडक्ट अख न कोई चपकावे मोबाइल नु पढ़ थू पावे एनु हर वेले वेखी जावे अलबेला टीवी गल सुन मेरा पुत मेरा चाने सारी दुनिया गई एनु माने ए चैनल नंबर वन अलबेला टीवी तंगी दे हालातां विच सब नु हसावे लोकां दे हसेली जेड़ा हर शहर विच जावे ओहो अलबेला ए मैनू लई वंज सजना नाल ते टिकटा दो ले ले टिकटा दो ले ले मैनू लई वंज हो मैनू लई वंज सजना नाल ते टिकटां दो ले ले टिकटां दो ले ले ओखी बड़ी लगी आ घर वाली ने अज नाश्ता भी चज नहीं बना के दिता ओया केड़ा है इधर इधर केड़ा मोटरसाइकिल वाल लिया बाग च मैं पैदल ही आया नहीं नहीं पैदल ते आए आए कौन हो तार तुर लाहौरों आया तो मैनू पता भी सरगोधे का किन्नो तुहानू पता फिर पूरी दुनिया च मन्या तन्या मैं बाग रखवाली रख दाली हां मैं बाग टुर प माली दा कम पानी देना पर पर मशक पावे मशक किथे तेरी मिसाल बनी है मैं मशक लियावा घरों अच्छा किन्नो चाहिदा मिठा मेनू हां जी ये पक गया फुल हो गया भाई सारा तुसीं कोई आ वेखो हां इधर आओ हां जिन्ना मेहनत की घाटा वादा मौसम है ना भाई धुप नहीं पैन दी हल्की जी धुप हो ठंड होवा सारा बन दिया टूट गया
ਪਰ ਤੇਰੇ ਸਾਹਮਣੇ ਤੋੜਿਆ ਮੈਂ ਕਿਹੜਾ ਜਾਦੂ ਨਾਲ ਤੋੜਿਆ ਨਹੀਂ ਤੂੰ ਇਹ ਉੱਥੇ ਲਾ ਕੇ ਨਾ ਮੈਨੂੰ ਹੋਰ ਕੋਈ ਦੇ ਉਹ ਉੱਥੋਂ ਵਧੀਆ ਜਿਹਾ ਕੋਈ ਇੰਜ ਨਹੀਂ ਹੁੰਦਾ ਭਾ ਮੈਂ ਤੋੜ ਬੈਠਾ ਹੁਣ ਉਹਨੂੰ ਕਿੱਥੇ ਲਾਵਾਂ ਮੈਂ ਦੁਬਾਰਾ ਕੋਈ ਫਰੂਟ ਫਰਾਟ ਲੈਣਾ ਕਿੰਨੂ ਕਰਨੂ ਦਾ ਕੋਈ ਸੌਦਾ ਪਤਾ ਕਰਨਾ ਕਿੰਨੂ ਚਾਹੀਦਾ ਮੈਨੂੰ ਜ਼ਿਆਦਾ ਮਾਲ ਚਾਹੀਦਾ ਮੈਨੂੰ ਹਾਂਜੀ ਜ਼ਿਆਦਾ ਚਾਹੀਦਾ ਜ਼ਿਆਦਾ ਮਾਲ ਚਾਹੀਦਾ ਹਾਂ ਹਾਂ ਕੀ ਗੱਲ ਕੋਈ ਕੋਲਾ ਕਿਸੇ ਦੇ ਘਰ ਚੋਂ ਉਹ ਕੋਲਾ ਦਾ ਨਹੀਂ ਭਾਈ ਇਹ ਬਾਹਰ ਦੇ ਮੁਲਕਾਂ 'ਚ ਜਾਂਦਾ ਨਾ ਆਹੋ ਬਾਹਰ ਦੇ ਮੁਲਕਾਂ ਸਰਗੋਦੇ ਦਾ ਭਾਈ ਤੁਹਾਨੂੰ ਪਤਾ ਹੀ ਆ ਫੇ ਪੂਰੀ ਦੁਨੀਆ ਦੇ ਮਾਲ ਜਾਂਦਾ ਹੈ ਇਸ ਲਈ ਮੈਂ ਨਾ ਬਾਹਰ ਲੈ ਕੇ ਜਾਣਾ ਸਾਰਾ ਕਿਨੋ ਨਹੀਂ ਇੱਥੇ ਬਾਗ ਚੋਂ ਬਾਹਰ ਲਈ ਜਾਣਾ ਜਾਂ ਬਾਹਰ ਦੇ ਮੁਲਕ ਲਈ ਜਾਣਾ ਉਹ ਬਾਹਰ ਦੇ ਮੁਲਕੋਂ ਭਾਈ ਲੰਡਨ ਜਾਣਾ ਸਾਰਾ ਮਾਲ ਹਾਏ ਉੱਥੇ ਮੇਰਾ ਬੇਲੀ ਹੈਗਾ ਗੁਲਾਬ ਸਿੰਘ ਉਹਨੂੰ ਦੇਣਾ ਸਾਰਾ ਉੱਥੇ ਫੈਕਟਰੀ ਆ ਉਹਦੀ ਤੇ ਕੀ ਗੱਲ ਆਪ ਹੀ ਖਾਈ ਜਾਂਦਾ ਹੈ ਵਾਹ ਵਾਹ ਭਾਜੀ ਘਰ ਦੀ ਮੇਰੀ ਨਾ ਜਿਹੜਾ ਮਾਰਸ਼ਮਾਰ ਸੀ ਤੇ ਉਹਨੇ ਨਾ ਨਾਸ਼ਤਾ ਨਹੀਂ ਬਣਾ ਕੇ ਦਿੱਤਾ ਸਹੀ ਫਿਰ ਇੱਥੇ ਕਿੰਨੂ ਇੱਕ ਦੋ ਖਾ ਲਈ ਇਹਨਾਂ ਦੇ ਕੰਮ ਸਿੱਧਾ ਹੋ ਜਾਂਦਾ ਆਹੋ ਏਦਾਂ ਹੀ ਤੂੰ ਇੱਥੇ ਚਾਰ ਚੁਰ ਕੇ ਹੀ ਪਲ ਗਿਆ ਚਾਰ ਚੁਰ ਕਿੰਨੂ ਆਖੇ ਉਹ ਚਾਰ ਚੁਰ ਦਾ ਮਤਲਬ ਹੁੰਦਾ ਖਾ ਪੀ ਕੇ ਹੀ ਕਰਿਆ ਮੈਂ ਨਹੀਂ ਮੈਂ ਕਿਹਾ ਅੱਛਾ ਮੇਰੀ ਗੱਲ ਸੁਣ ਇਹ ਡਾਕਟਰ ਕਹਿੰਦੇ ਆ ਕਿ ਕਿੰਨੂ ਖਾਣਾ ਚਾਹੀਦਾ ਇਹ ਚ ਵਿਟਾਮਿਨ ਸੀ ਹੁੰਦੇ ਆ ਹਨਾ ਕਹਿੰਦੇ ਹੋਣਗੇ ਅਸੀਂ ਤਾਂ ਇੱਥੇ ਹੁੰਦੇ ਬਾਗਾਂ 'ਚ ਸਾਨੂੰ ਕੀ ਪਤਾ ਡਾਕਟਰ ਕੀ ਜਾਂਦਾ ਹੈ ਹੈਲੋ ਗੱਲ ਤੇ ਸੁਣ ਕਿੱਧਰ ਤੁਰਿਆ ਜਾਂਦਾ ਮੈਂ ਲਾਹੌਰੋਂ ਆਇਆ ਯਾਰ ਤੇ ਲਾਹੌਰੋਂ ਆਇਆ ਤੇ ਕੀ ਹੁਣ ਬੈੱਡ ਲਾ ਦਾਂ ਤੈਨੂੰ ਇੱਥੇ ਨਹੀਂ ਮੈਨੂੰ ਆਪਣਾ ਇੱਕ ਬੂਟੇ ਨੂੰ ਕਿੰਨੇ ਕਿੰਨੋ ਲੱਗਦੇ ਆ ਇਹ ਤੁਹਾਨੂੰ ਕਿੱਦਾਂ ਦੱਸਾਂ ਜੀ ਮੈਂ ਕਿੰਨੇ ਬੂਟੇ ਲੱਗਦੇ ਤੇ ਤੇਰਾ ਇੰਨਾ ਤਜਰਬਾ ਤੈਨੂੰ ਨਹੀਂ ਪਤਾ ਉਹ ਤਜਰਬਾ ਭਾ ਕੁਦਰਤੀ ਸ਼ੈ ਆ ਸਾਨੂੰ ਕੀ ਪਤਾ ਲੱਗਦਾ ਇੱਕ ਬੂਟੇ ਨੂੰ ਕਿੰਨਾ ਲੱਗਾ ਆ ਤੂੰ ਮੁਲਾਜ਼ਮ ਆ ਜਾਂ ਮਾਲਕ ਮੁਲਾਜ਼ਮ ਆ ਗਿਣ ਕੇ ਆ ਇੱਕ ਇੱਕ ਕਿੰਨੋ ਗਿਣ ਕੇ ਸੌਂ ਜਾ ਕਰ ਸਵੇਰੇ ਉੱਠ ਕੇ ਫੇਰ ਗਿਣਿਆ ਕਰ ਸਵਾਬ ਹੁੰਦਾ ਇਦਾਂ ਸਵਾਬ ਨਹੀਂ ਮੈਨੂੰ ਪਤਾ ਤੇ ਲੱਗੇ ਨਾ ਵੀ ਤੂੰ ਜੌਬ ਕਰ ਰਿਹਾ ਨੌਕਰੀ ਆ ਤੇਰੀ ਉਹ ਜੌਬ ਇਦਾਂ ਨਹੀਂ ਹੁੰਦਾ ਭਾ ਹਾਂ ਇਹ ਜਦੋਂ ਅਸੀਂ ਮਾਲ ਲੱਥਦਾ ਨਾ ਆਹੋ ਉਦੋਂ ਫੇ ਆਪੀ ਲੱਗ ਜਾਂਦਾ ਹਿਸਾਬ ਵੀ ਕਿੰਨਾ ਕਿਹੜੇ ਬੂਟੇ ਤੋਂ ਕਿੰਨਾ ਲੱਥਾ ਆ ਤੇ ਇੱਕ ਬੂਟਾ ਕਿੰਨੇ ਦਾ ਇੱਕ ਬੂਟਾ ਨਹੀਂ ਹੁੰਦਾ ਇਹ ਮਾਲ ਦੇ ਪੈਸੇ ਹੁੰਦੇ ਭਾਈ ਲੋਕੀ ਬਾਗ ਵੀ ਲੈ ਲੈਂਦੇ ਪਹਿਲਾਂ ਹੀ ਪੂਰਾ ਪੂਰਾ ਬਾਗ ਹੀ ਪੂਰਾ ਬਾਗ ਦਾ ਸੌਦਾ ਕਰ ਲੈਂਦੇ ਆ ਫਿਰ ਉਹ ਆਪਣੇ ਬੰਦੇ ਰੱਖ ਲੈਂਦੇ ਆ ਗਾਂ ਹਾਂ ਇਹਦਾ ਜੂਸ ਵੀ ਬਣਦਾ ਨਾ ਆਹੋ ਹੋਰ ਹੋਰ ਕੀ ਕੀ ਬਣਦਾ ਇਹਦਾ ਇਦਾਂ ਇੱਕ ਦਾ ਨਹੀਂ ਜੂਸ ਬਣਦਾ ਇੱਕ ਨਹੀਂ ਜਾਣਾ ਹੀ ਲਾਹੌਰ ਉਹ ਨਹੀਂ ਬਾਹਰ ਭੇਜਣਾ ਯਾਰ ਲਾਹੌਰ ਤੇ ਮੈਂ ਮਤਲਬ ਵਿੱਚੋਂ ਰੱਖਾਂਗਾ ਥੋੜੇ ਜਿਹਾ ਖਾਣ ਪੀਣ ਲਈ ਆਹੋ ਭਾਈ ਆ ਵੇਖ ਲਓ ਆ ਜਾਓ ਆ ਬੂਟਿਆਂ ਦੇ ਵੇਖ ਲਓ ਤੁਸੀਂ ਗਰੋਥ ਆਹ ਥੋੜਾ ਜਿਹਾ ਵੱਡਾ ਹਨਾ ਆਹ ਥੋੜਾ ਜਿਹਾ ਫੁੱਲਿਆ ਲੱਗਦਾ ਆ ਬਸ ਕਿਸੇ ਪਾਸੇ ਧੁੱਪ ਜ਼ਿਆਦਾ ਪੈ ਜਾਂਦੀ ਆ ਨਾ ਤੇ ਉਹ ਜਲਦੀ ਹੋ ਜਾਂਦਾ ਆ ਨਾ ਮੈਨੂੰ ਕਹਿੰਦਾ ਸਾਰੇ ਸਰਗੋਧੇ ਦੀ ਧੁੱਪ ਤੇਰੇ ਤੇ ਪੈ ਰਹੀ ਆ ਇਹ ਵਿਟਾਮਿਨ ਸੀ ਹੁੰਦੇ ਆ ਤੇਰੇ ਸਾਰੇ ਹੀ ਮੁੱਕੇ ਆ ਤੈਨੂੰ ਤੇ ਹੈਪਾਟਾਈਟਿਸ ਸੀ ਲੱਗਣ ਦਿਆ ਹਾਂ ਭਾ ਗੱਲ ਕਰ ਬੜੀ ਭੈੜੀ ਬਿਮਾਰੀ ਆ ਜਿਹਦਾ ਨਾਂ ਲੈਣ ਦਿਆ ਆ ਤੇ ਖਾਇਆ ਕਰਨਾ ਤੂੰ ਹੁਣ ਨਹੀਂ ਨਹੀਂ ਖਾਣੇ ਆ ਬਸ ਹੁਣ ਇਦਾਂ ਇੱਕ ਅੱਧਾ ਹੀ ਹੁੰਦਾ ਖਾਣਾ ਅਸੀਂ ਕਿਹੜਾ ਕੋਈ ਜਦੋਂ ਸ਼ੈ ਬਹੁਤੀ ਹੋਵੇ ਨਾ ਭਾਜੀ ਫਿਰ ਦਿਲ ਭਰ ਜਾਂਦਾ ਵੇਖ ਕੇ ਤੇਰੇ ਵੱਲ ਦੇਖ ਕੇ ਜਿੱਦਾਂ ਮੇਰਾ ਭਰ ਗਿਆ ਵੀ ਮਾਲੀ ਦੇਖੋ ਕੀ ਰੱਖਿਆ ਤੇਰੀ ਵਜ੍ਹਾ ਤੋਂ ਵੀ ਕਈ ਬੂਟੇ ਸੁੱਕ ਰਹੇ ਆ ਤੂੰ ਹੱਥ ਲਾਉਣਾ ਕਿੰਨੂਆਂ ਨੂੰ ਤੇ ਹੱਥ ਹੀ ਲਾਉਣਾ ਹੁਣ ਮੈਂ ਮੂੰਹ ਨਾਲ ਰਖਵਾਲੀ ਕਰਦਾ ਉਹਨਾਂ ਦਾ ਨਹੀਂ ਵਧਣ ਦਾ ਫਿਰ ਨਹੀਂ ਭਾਈ ਉਹ ਸਾਡੇ ਜਿਹੜੇ ਮਾਲਕ ਆ ਨਾ ਹਾਂਜੀ ਤੇ ਉਹਨਾਂ ਦਾ ਸਾਡੇ ਚੌਰੀ ਨਵਾਜ਼ ਭਾਜੀ ਜਿਹੜੇ ਆ ਚੌਰੀ ਨਵਾਜ਼ ਸਾਹਿਬ ਹਾਂਜੀ ਹਾਂ ਉਹ ਫਿਰ ਸਾਨੂੰ ਸਾਰਾ ਕਹਿੰਦੇ ਆ ਵੀ ਖਾਦ ਚਾਹੀਦੀ ਆ ਤੁਹਾਨੂੰ ਕੋਈ ਸਪਰੇਅ ਚਾਹੀਦੀ ਆ ਉਹ ਫਿਰ ਦਿੰਦੇ ਆ ਅਸੀਂ ਪਾ ਦਿੰਦੇ ਆ ਗਾਂ ਆ ਛਿਲਕੇ ਇੱਥੇ ਸੁੱਟਦੇ ਆ ਛੁੱਟਦੇ ਹੁਣ ਮੈਂ ਡਸਟਬੀਨ ਲਿਆਦਾ ਤੈਨੂੰ ਘਰੋਂ ਇੱਥੇ ਇੱਦਾਂ ਹੀ ਸੁੱਟੀ ਦੇ ਇਹ ਫਿਰ ਉੱਗ ਪੈਣਗੇ ਨਾ ਉਹ ਇੱਥਾਂ ਨਹੀਂ ਉੱਗਦੇ ਬੀ ਲਾਈਦਾ ਵਾ ਕੀ ਤੂੰ ਛੇਤੀ ਨਾ ਵਧਾਉਣ ਦੇ ਆ ਬੂਟਿਆਂ ਨੂੰ ਆਇਓ ਭਾਈ ਆ ਵੇਖ ਲਓ ਆ ਲੱਗਾ ਵੇ ਇੱਧਰ ਵੀ ਬੂਟੇ ਸਾਰਾ ਬਾਗ ਜਿਹੜਾ ਆ ਨਾ ਆਹ ਜਿਹੜਾ ਮੈਂ ਬੜੀ ਰੀਝ ਨਾਲ ਬੂਟਾ ਲਾਇਆ ਸੀ ਆਹ ਜਿਹੜਾ ਨਾ ਜੀ ਇਹ ਤੂੰ ਹੱਥੀ ਲਾਏ ਸਾਰੇ ਮੈਂ ਜੀ ਮੈਂ ਕਹਿੰਦਾ ਵੀ ਇਹ ਨਿੱਕੇ ਨਿੱਕੇ ਸੀ ਜਦੋਂ ਦਾ ਮੈਂ ਇਹਨਾਂ ਨੂੰ ਪਾਲਣ ਦਿਆ ਬੱਚਿਆਂ ਵਾਂਗੂ ਹੀ ਪਾਲੀਦਾ ਜੀ ਅੱਛਾ ਉਰੇ ਆ ਗੱਲ ਸੁਣ ਇਹ ਕਿਸੇ ਹੋਰ ਨੇ ਲਾਏ ਉਹ ਜਿਹੜੇ ਸੁੱਕੇ ਨੇ ਨਾ ਉਹ ਤੂੰ ਲਾਏ ਆ ਹੈਲੋ ਕੀ ਨਾਂ ਕੀ ਤੁਹਾਡਾ ਭਾਜੀ ਮੇਰਾ ਨਾਂ ਭਾਈ ਗੋਗਾ ਆ ਸਾਰੇ ਪਿੰਡ 'ਚ ਮੈਨੂੰ ਗੋਗਾ ਹੀ ਆਂਦੇ ਆ ਗੋਗਾ ਮਾਲੀ ਆਹੋ ਮਾਲੀ ਕਹਿ ਲਓ ਮੁਲਾਜ਼ਮ ਦਾ ਕਿਹੜਾ ਨਾਂ ਹੁੰਦਾ ਭਾਈ ਕੋਈ ਨਹੀਂ ਬਾਗਾਂ ਦੀ ਰਖਵਾਲੀ ਤੇ ਮਾਲੀ ਕਰਦੇ ਆ ਨਾ ਹਾਂਜੀ ਮਾਲੀ ਕਰਦੇ ਆ ਅਸੀਂ ਮਾਲੀ ਆ ਜੀ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਨਾ ਕਿਨੂਆਂ ਦੀ ਰਖਵਾਲੀ ਗਿੱਦੜ ਬਾਤ ਆ ਹੈਲੋ ਉਹ ਮਿਸਾਲ ਹੁੰਦੀ ਹੈ ਇਹ ਨਹੀਂ ਫਿਰ ਸਹੀ ਹੋਰ ਕੋਈ ਦਿਖਾ ਲਓ ਮੈਂ ਤੁਹਾਨੂੰ ਭਾਜੀ ਤਗੜੇ ਬੂਟੇ ਸਿਹਤਮੰਦ ਜਿਹੜੇ ਆ ਨਾ ਆਹੋ ਉਹ ਵੀ ਹੈ ਸਾਡੇ ਕੋਲ ਅੱਗੇ ਜਿੰਨਾ ਦੇ ਨਾ ਪੂਰਾ ਜਿਹੜਾ ਵਜਨ ਪੂਰਾ ਹੋਇਆ ਆ ਹਾਂ ਹਾਂ ਕੁਛ ਹੁੰਦੇ ਵਿੱਚੋਂ ਸੁੱਕ ਸੱਕ ਜਾਂਦੇ ਆ ਆਹੋ ਇਦਾਂ ਹੀ ਆ ਪਰ ਕੁਦਰਤ ਆ ਸਾਰੀ ਕੋਈ ਹਰੇ ਹੋ ਜਾਂਦੇ ਕੋਈ ਸੁੱਕ ਜਾਂਦੇ ਨੇ ਲੇਕਿਨ
ਰਖਵਾਲੀ ਕਰੀਏ ਤਾਂ ਫਿਰ ਸਹੀ ਰਹਿੰਦੇ ਆ। ਆਹੋ ਰਖਵਾਲੀ ਤੇ ਆ ਨਮਕ ਤੇ ਦੇ ਥੋੜਾ ਜਿਹਾ। ਉਹ ਨਮਕ ਭਾਈ ਰੇੜੀਆਂ ਤੇ ਹੁੰਦਾ ਵਾ, ਤੈਨੂੰ ਇੱਥੇ ਬਾਗ ਚੋਂ ਕਿਹੜਾ ਨਮਕ ਦੇਣਾ ਆ। ਤੇਰਾ ਬਲੱਡ ਘਟਿਆ ਤੈਨੂੰ ਨਮਕ ਦਵਾ ਨਾਲ। ਨਹੀਂ ਕਹਿੰਦੇ ਨਮਕ ਲਾ ਕੇ ਖਾਈਏ ਨਾ ਤੇ ਹੋਰ ਮਜ਼ਾ ਆਉਂਦਾ। ਆਜੋ ਭਾਈ ਮੈਂ ਵਿਖਾਉਣਾ ਤੁਹਾਨੂੰ। ਹਾਂ ਤੁਸੀਂ ਹੁਣ ਬਾਗ ਬੂਗ ਦਾ ਸੌਦਾ ਕਰਨਾ ਆ, ਲੱਗੇ ਬਾਗ ਦਾ ਹੀ ਕਰਨਾ ਆ ਜਾਂ ਤੁਸੀਂ ਕੋ ਤੜਵਾਈ ਤੜਾਈ ਕਰਨੀ ਆ? ਆਪ ਤੜਵਾਈ ਕੀ ਹੁੰਦੀ ਆ? ਉਹ ਭਾਈ ਜਦੋਂ ਅਸੀਂ ਫਲ ਤੋੜੀਦਾ ਨਾ, ਆਹੋ ਕੁਛ ਫਲ ਦਾ ਕਰਦੇ ਆ। ਆ ਯਾਰ ਦੇਖ ਕਿੱਡੇ ਸੋਹਣੇ ਹਨਾ, ਅੱਲਾ ਤਾਲਾ ਆਪਣੀ ਕੁਦਰਤ ਤੋਂ ਹੀ ਪਛਾਣਿਆ ਜਾਂਦਾ ਹੈ। ਹਾਂਜੀ ਹਾਂਜੀ ਹੁਣ ਕਿੱਥੇ ਕ ਮੈਨੂੰ ਫਰਾਈ ਜਾਂਦਾ? ਫਰਾਈ ਨਹੀਂ ਜਾਂਦਾ ਭਾਈ, ਤੁਹਾਨੂੰ ਮੈਂ ਲੈ ਕੇ ਜਾਂਦਾ ਜਿੱਥੇ ਨਾ ਭਾਈ ਜਿੱਥੇ ਮੋਟਾ ਫਲ ਲੱਗਿਆ ਨਾ, ਆਹੋ ਉੱਥੇ ਤੁਹਾਨੂੰ ਲੈ ਕੇ ਜਾਂਦਾ ਮੈਂ, ਉੱਥੇ ਲੈ ਕੇ ਚੱਲ। ਅੱਛਾ ਇਹ ਜਿਹੜਾ ਜੂਸ ਆ, ਉਹ ਲਿਆਕਤ ਓਏ ਆ ਵਿਖਾਉਣਾ ਯਾ ਇਹਨਾਂ ਨੂੰ, ਆ ਬਾਉ ਆਏ ਆ ਸ਼ਹਿਰੋਂ। ਕੀ ਵਿਖਾਉਣਾ? ਓਏ ਆ ਬਾ, ਆਹੋ ਆਹੋ ਉਹ ਲੱਸੀ ਪਾਣੀ ਦਾ ਰਹਿਣ ਦਿਓ। ਰਹਿਣ ਦਿਓ? ਆਹੋ ਹੁਣ ਤੁਸੀਂ ਪੀ ਕੇ ਹੀ ਆਏ ਹੋਣੇ ਆ। ਨਹੀਂ ਮੇਰਾ ਕਿਨੋਂ ਨਾ ਹੀ ਢਿੱਡ ਭਰ ਗਿਆ, ਤਿੰਨ ਗਲਾਸ ਜੂਸ ਦਾ ਨਿਕਲਿਆ ਇਹਦੇ ਚੋਂ। ਗ੍ਰੈਂਡਰ ਨਾਲ ਲਈ ਫਿਰਦਾ। ਇਹ ਸਾਰੇ ਬਾਗ ਉਹਨਾਂ ਦੇ ਹੀ ਆਪਣਾ? ਹਾਂਜੀ ਇਹ ਚੋਰੀ ਨਵਾਜ਼ ਸਾਹਿਬ ਦੇ ਆ ਜੀ ਸਾਰੇ ਬਾਗ। ਅੱਛਾ ਅਸੀਂ ਜੀ ਇੱਥੇ ਭਾਈ ਅਸੀਂ ਸ਼ੁਰੂ ਤੋਂ ਨਾ ਚੋਰੀ ਨਵਾਜ਼ ਦੇ ਮੁਲਾਜ਼ਮ ਆ ਜੀ, ਮੇਰਾ ਦਾਦਾ ਵੀ ਇੱਥੇ ਹੀ ਸੀ ਜੀ। ਸੀ? ਆਹੋ ਜੀ। ਹੁਣ ਕਿੱਥੇ ਆ? ਹੁਣ ਤੇ ਹੁਣ ਇੱਥੇ ਕਿਤੇ ਬੂਟੇ ਥੱਲੇ ਦਫਨਾਤਾ, ਕਬਰਿਸਤਾਨ ਦਫਨਾਇਆ ਜੀ। ਬੂਟੇ ਥੱਲੇ ਕਿਉਂ ਦਫਨਾ, ਏਡਾ ਹੀ ਉਹਨਾਂ ਨੂੰ ਕਿੰਨੂਆਂ ਨਾਲ ਪਿਆਰ ਹੋ ਗਿਆ। ਆ ਭਾਈ ਵੇਖੋ ਆ ਫਲ ਜਿਹੜਾ ਆ ਨਾ, ਆਹ ਸਾਇਜ਼ ਵੱਡਾ ਹੈ ਨਾ, ਸਾਇਜ਼ ਵੱਡਾ ਆ। ਆ ਵੇਖ ਲੈ ਤੂੰ ਨਾ, ਛੋਟਾ ਸਾਇਜ਼ ਉਧਰ ਲਾਇਆ, ਵੱਡੇ ਵੱਡੇ ਇੱਧਰ ਲਾਏ ਆ। ਨਹੀਂ ਨਹੀਂ ਆ ਸਿਹਤਮੰਦ ਹੋ ਗਏ ਨਾ, ਜਿਨ੍ਹਾਂ ਨੂੰ ਸਰਦੀ ਪੂਰੀ ਮਿਲੀ ਆ, ਧੁੱਪ ਲੱਗੀ ਆ। ਅੱਛਾ ਆ ਵੇਖੋ ਜਰਾ ਇੱਧਰ ਆ ਕੇ ਨਾ, ਤੁਹਾਡੀ ਨਾ ਚੋਰੀ ਨਵਾਜ਼ ਨਾਲ ਵੀ ਗੱਲ ਕਰਾਉਂਦੇ ਆ। ਪਹਿਲਾਂ ਤੁਸੀਂ ਨਾ ਪਸੰਦ ਕਰ ਲਓ ਵੀ ਆ ਜਿਹੜਾ ਬਾਗ ਚੋਂ ਇਹ ਚੋਂ ਤੁਹਾਨੂੰ ਮਾਲ ਚਾਹੀਦਾ ਜਾਂ ਉਧਰੋਂ ਚਾਹੀਦਾ ਹੈ। ਨਹੀਂ ਇਹ ਠੀਕ ਆ, ਇਹ ਅੱਛਾ ਵਾ, ਉਹ ਵੀ ਹੋ ਜਾਏਗਾ। ਤੂੰ ਇੰਜ ਕਰ, ਤਿੰਨ ਬੂਟੇ ਕਰ ਦੇ, ਇੱਕ ਹੈ ਇੱਕ ਉਹ ਤੇ ਇੱਕ ਉਹ ਜਿਹੜਾ ਪਰੇ ਭਰਵਾਂ ਜਿਹਾ, ਇਹ ਤਿੰਨ ਬੂਟੇ ਪੁੱਟ ਕੇ ਮੈਨੂੰ ਦੇ ਦੇ, ਮੈਂ ਲੈ ਕੇ ਜਾਵਾਂ। ਕੀ ਗੱਲ ਆ? ਕਿਉਂ ਕੀ ਗੱਲ? ਕੀ ਆਖਿਆ ਜੇ? ਮੈਂ ਕਿਹਾ ਤਿੰਨ ਬੂਟੇ ਪੁੱਟ ਕੇ ਤੇ ਰੱਖ ਗੱਡੀ 'ਚ ਤੇ ਮੈਂ ਜਾਣਾ। ਇਹ ਬੂਟੇ ਆ ਕੋਈ ਸ਼ਲਵਾਰਾਂ ਕਮੀਜ਼ਾਂ ਨਹੀਂ ਜਿਹੜੀਆਂ ਪੈਕ ਕਰਕੇ ਤੇ ਤੈਨੂੰ ਗੱਡੀ 'ਚ ਰਖਾ ਦਾਂ। ਮਿਹਨਤ ਹੋਈ ਆ ਭਾ, ਫਲ ਦੀ ਗੱਲ ਹੁੰਦੀ ਆ, ਬੂਟੇ ਕਿਹੜਾ ਪੁੱਟ ਕੇ ਦਿੰਦਾ ਪਾਗਲ ਤੈਨੂੰ। ਉਹ ਯਾਰ ਏਦਾਂ ਹੀ ਜ਼ਰਾ ਮੈਂ ਲੈ ਜਾਂਗਾ ਨਾ, ਹਫਾਜ਼ਤ ਨਾਲ ਪੁੱਟ ਕੇ ਦੇਗਾ ਤੇ ਇਸ ਤਰ੍ਹਾਂ ਹੀ ਮੈਂ ਲੈ ਜਾਂਗਾ, ਸੇਫ ਰਹਿਣਗੇ ਨਾਲ ਲੱਗੇ ਨਾਲੇ ਤਾਜ਼ੇ ਰਹਿਣਗੇ। ਤੁਹਾਡਾ ਕੋਈ ਹਿੱਲੇ ਲੱਗਦੇ ਹੋ ਮਾੜੇ ਜਿਹੇ ਨਾ, ਸ਼ਹਿਰੀ ਇੰਝ ਹੀ ਗੱਲਾਂ ਕਰਦੇ ਭਾਈ ਇਹਦੀ, ਇਹ ਲੱਗੇ ਫਲ ਦੀ ਤੁਹਾਨੂੰ ਕਿੱਥੇ ਗਾਚੀ ਕੱਢ ਕੇ ਦੇ ਦਾਂ ਮੈਂ। ਨਹੀਂ ਇਹ ਜਿਸ ਤਰ੍ਹਾਂ ਲਾਏ ਏਦਾਂ ਹੀ ਕੱਢ ਕੇ ਮੈਨੂੰ ਦੇ ਦੇ ਤੇ ਮੈਂ ਚੁੱਪ ਕਰਕੇ ਲੈ ਜਾਂਦਾ, ਜਦੋਂ ਬੱਚੇ ਖੁਸ਼ ਹੋਣਗੇ ਨਾਲੇ ਮੈਂ ਏਦਾਂ ਹੀ ਫਿਰ ਉਹ ਬਾਹਰ ਭੇਜ ਦੇਣੇ ਆ ਲੰਡਨ। ਤੁਸੀਂ ਮੈਂਟਲ ਹਸਪਤਾਲੋਂ ਸਿੱਧਾ ਹੀ ਆਏ ਹੋ ਇੱਥੇ, ਕਿਉਂ ਕੀ ਹੋਇਆ? ਤੇ ਕਿਹੜਾ ਪਾਗਲ ਆ ਜਿਹੜਾ ਬੂਟੇ ਪੁੱਟ ਕੇ ਦਿੰਦਾ ਆ ਭਾਈ? ਫਲ ਜਿੰਨੇ ਲਾਏ ਆ, ਲਾਏ ਕਿੰਨੇ ਆ? ਮੈਂ ਲਾਏ ਆ। ਤੇ ਪੁੱਟ ਨਹੀਂ ਸਕਦਾ ਤੂੰ, ਤੈਨੂੰ ਨਹੀਂ ਪਤਾ ਵੀ ਕਿ ਅਕਲ ਕਰ ਓਏ ਅਕਲ ਕਰ, ਮੈਂ ਹੁਣੇ ਆਵਾਜ਼ ਮਾਰੀ ਨਾ ਤੇ 20 ਡਾਂਗਾ ਲੈ ਕੇ ਬੰਦੇ ਆ ਜਾਣੇ ਆ। ਨਾ ਆਏ ਨਾ ਕਰੀ, ਤੇਰੀ ਮਿਹਰਬਾਨੀ, ਸਰਗੋਤੇ ਦੇ ਬੰਦੇ ਚੰਗੇ ਹੁੰਦੇ ਨੇ, ਤੂੰ ਲੜਾਕਾ ਹੀ ਲੱਗਦਾ ਮੈਨੂੰ। ਤੂੰ ਆ ਦੇ ਤਿੰਨ ਬੂਟੇ ਆਪਣੇ ਪੈਸੇ ਲੈ ਤੇ ਤੈਨੂੰ ਕੀ? ਹਾਂਜੀ ਆ ਤਿੰਨ ਬੂਟੇ ਪੁੱਟ ਦੇ। ਉਹ ਕਿੱਥੋਂ ਪੁੱਟਦਾ? ਫੁੱਲ ਲੱਗਾ ਆ ਗੁਲਾਬ ਦਾ ਜਿਹੜਾ ਤੈਨੂੰ ਪੁੱਟਦੇ ਆ, ਤੇ ਮਿਹਨਤ ਹੁੰਦੀ ਆ। ਤੇ ਕਿੰਨੂ ਵੇਚਣਾ ਨੀ ਤੂੰ? ਉਹ ਵੇਚਣਾ ਕਿੰਨੂ ਵੇਚਣਾ ਕਿ ਤੈਨੂੰ ਜੜੋ ਕੱਢਦਾ ਹੁਣ ਮੈਂ ਸਾਰਾ ਫਰੂਟ? ਨਹੀਂ ਤੇ ਮੈਂ ਇੰਜ ਲੈ ਕੇ ਜਾਣੇ, ਮੈਂ ਤਾਜ਼ੇ ਲੈ ਕੇ ਜਾਣੇ, ਫਰੈਸ਼ ਲੈ ਕੇ ਜਾਣੇ ਆ। ਜਦੋਂ ਮੈਂ ਕਿੰਨੂ ਲੈ ਲੈਣੇ ਆ ਤੇ ਬੂਟਾ ਮੈਂ ਇੱਥੇ ਛੱਡ ਜਾਵਾਂ? ਯਾਰ ਪਾਗਲ ਆ ਤੂੰ? ਨਹੀਂ ਪਾਗਲ ਆ ਮੈਂ ਵੀ, ਤੁਹਾਨੂੰ ਬੂਟੇ ਪੁੱਟਦਾ ਤੇ ਮੁੜ ਕੇ ਬੰਨ ਲੈਣ, ਚੋਰੀ ਨਵਾਜ਼ ਮੈਨੂੰ ਬੰਨ ਲਵੇ ਉੱਥੇ ਡੇਰੇ। ਹੈ ਐਵੇਂ ਬੰਨ ਲਿਆ ਉਹਨੂੰ, ਕਹਿ ਜੀ ਤਿੰਨ ਬੂਟੇ ਵਿਕ ਗਏ ਆ, ਯਾਨੀ ਕਿ ਮਹੀਨੇ 'ਚ ਮੈਂ ਬਾਗ ਖਾਲੀ ਕਰਦਾ ਹੈ, ਮੁੜ ਕੇ ਅਸੀਂ ਕਣਕ ਲਾ ਲਈਏ ਇਹਦੇ 'ਚ। ਉਹ ਨਹੀਂ ਉਹ ਬਾਅਦ 'ਚ ਜਾਵਾਂਗਾ, ਫੇਰ ਉੱਥੇ ਲਾ ਦੀ ਕਿੰਨੋ। ਵਾਹ ਵੀ ਵਾਹ, ਬੱਲੇ ਵੀ ਏਡੀ ਐਮਰਜੈਂਸੀ ਨਹੀਂ ਉੱਗਦੇ, 20-20 ਸਾਲ ਹੋ ਜਾਂਦੇ ਆ ਬੂਟੇ ਨੂੰ ਲੱਗਿਆ। ਕਿੰਨੀ ਦੇਰ ਹੋ ਗਈ ਤੈਨੂੰ ਬਾਗਾਂ 'ਚ ਕੰਮ ਕਰਦੇ? ਮੈਨੂੰ ਤੇਰਾ ਦਾਦਾ ਵੀ ਬਾਗ 'ਚ ਹੀ ਹੁੰਦਾ ਸੀ। ਦਾਦਾ ਵੀ ਬਾਗ 'ਚ ਹੁੰਦਾ ਸੀ? ਪਿਓ ਵੀ ਬਾਗ 'ਚ? ਪਿਓ ਵੀ ਬਾਗ 'ਚ ਹੁੰਦਾ ਸੀ। ਤੁਸੀਂ ਤੋਤੇ ਸੀ ਬਾਗ 'ਚ ਹੀ ਰਹਿੰਦੇ ਸੀ? ਤੋਤੇ ਨਹੀਂ, ਅਸੀਂ ਮੁਲਾਜ਼ਮ ਆ ਉਹਨਾਂ ਦੇ, ਜੱਦੀ ਪੁਸ਼ਤੀ ਮੁਲਾਜ਼ਮ ਆ। ਆ ਤੇ ਫਿਰ ਗਾਹਕ ਆਇਆ ਵਾ ਏਡੀ ਦੂਰੋਂ ਤੇ ਤੂੰ ਪੁੱਟ ਤੇਨੇ, ਤੈਨੂੰ ਕੀ ਕਿ ਮੈਂ ਨਾਲ ਹੱਥ ਪਵਾਉਣਾ ਚੱਲ ਗਾਂ? ਉਹ ਹੱਥ ਪਵਾਉਣਾ ਵਾ ਤੂੰ ਪੰਡ ਰਖਾਉਣੀ ਆ ਖੋਤੇ ਤੇ, ਹੱਥ ਪਵਾਏਗਾ ਤੂੰ? ਨਹੀਂ ਕਿੰਨੀ ਕੁ ਦੇਰ ਲੱਗਣੀ ਆ ਪੁੱਟਣ ਤੇ? ਉਹ ਭਾਈ ਏਦਾਂ ਨਹੀਂ ਹੁੰਦਾ, ਅਸੀਂ ਤੈਨੂੰ ਉਧਰ ਫਲ ਦੀ ਗੱਲ ਕਰ ਲਵੋ, ਆ ਬੂਟੇ ਲੱਗੇ ਤੁਹਾਡੇ ਸਾਹਮਣੇ ਸਾਰੇ, ਹਾਂ ਆ ਵੇਖ ਲਓ ਕਿੱਡਾ ਸੋਹਣਾ ਫਲ ਆ, ਆ ਵੇਖੋ ਇੱਧਰ। ਨਹੀਂ ਇਸੇ ਲਈ ਤਾਂ ਮੈਨੂੰ ਪਸੰਦ ਆਇਆ, ਮਾਸ਼ਾਅੱਲਾ ਅੱਛਾ ਹੈਗਾ। ਪੁੱਟ ਯਾਰ ਤੂੰ ਚੱਲ ਥੱਲੇ, ਉਹ ਖਲੋ ਜਾ ਖਲੋ ਜਾ, ਕੁਹਾੜੀ ਨਾ ਖਾਰੀ, ਉਹ ਤਾਂ ਕੁਹਾੜੀ ਵਰਗਾ ਮੂੰਹ ਆ ਤੇਰਾ ਆਪਣਾ। ਤੁਸੀਂ ਸ਼ਹਿਰੀ ਕਿੱਜੇ? ਚੱਲ ਪੁੱਟ, ਪਿੰਡਾਂ ਦਾ ਤੁਹਾਨੂੰ ਪਤਾ ਨਹੀਂਗਾ,
ਅਸੀਂ ਲੱਤਾਂ ਲਾ ਦਿੰਦੇ ਮਿੰਟ ਚ। ਕੀ ਨਾਂ? ਗੋਗਾ ਦੱਸਿਆ ਜੀ। ਆਹੋ ਗੋਗਾ ਹੀ ਰਹਿ, ਗੋਗਾ ਹੀ ਰਹਿਣ ਦੇ। ਮੇਰੀ ਗੱਲ ਸੁਣ, ਚਲੋ ਥੱਲੋਂ ਨੀ ਨਾ ਪੁੱਟਣੇ ਤੇ ਇੱਥੋਂ ਵੱਢ ਦੇ ਮੈਨੂੰ, ਇੱਥੋਂ ਇੱਥੋਂ ਵੱਢ ਦੇ, ਉਹ ਥੱਲੇ ਦਾ ਥੱਲੇ ਰਹਿ ਜਾਏਗਾ, ਇੱਥੋਂ ਵੱਢ ਕੇ ਦੇ ਦੇ। ਚੱਲ ਤੇਰੀ ਕਿਹੜਾ ਲੱਕੜ ਹਾਰਾ ਤਬੀਅਤ ਹੋਈ ਆ ਤੈਨੂੰ, ਮੈਂ ਵੱਢ ਦਵਾਂ ਸਾਰੇ ਹੀ ਦਰਖਤ। ਕਿਉਂ? ਉਹ ਭਾਜੀ ਇੱਥੇ ਯਾਰ ਇੱਥੇ ਫੇਰ ਉਗਾਉਣੇ ਆ। ਸੁਣਿਆ ਇੰਜ ਨੀ ਹੁੰਦਾ, ਇਹ ਅਸੀਂ ਮਿਹਨਤਾਂ ਕੀਤੀਆਂ ਕਿ ਤੁਹਾਨੂੰ ਜੜੋਂ ਵੱਢ ਕੇ ਦੇ ਦਈਏ। ਤੇ ਮੈਂ ਪੈਸੇ ਨੀ ਦੇ ਰਿਹਾ। ਪੈਸੇ ਦੇਦਾ ਤੇ ਪੈਸੇ ਨੀ ਵਾਲੇ ਚ ਸਾਡੇ, ਅਸੀਂ ਨੌਕਰੀਓਂ ਨਿਕਲਣਾ ਵਾ, ਮੁੜ ਕੇ ਘਰ ਵੀ ਜਾਊਗਾ ਸਾਰਾ ਖਾਨਦਾਨ, ਅਸੀਂ ਕਿੱਥੇ ਜਾਣਾ ਹੈ? ਤੇ ਬੱਚੇ ਬੁੱਚੇ ਵੀ ਇੱਥੇ ਹੀ ਰਹਿੰਦੇ? ਬੱਚੇ ਵੀ ਇੱਥੇ ਹੀ ਰਹਿਣੇ, ਔਰ ਬੱਚਿਆਂ ਨੇ ਕਿੱਥੇ ਰਹਿਣਾ? ਬੇਗਮ ਵੀ ਇੱਥੇ? ਬੇਗਮ ਦਾ ਐਡਾ ਕਹਿਓ ਪੁੱਛਣ ਡਿਆ ਵਾ। ਨਹੀਂ ਜਦੋਂ ਬੱਚੇ ਆ ਤੇ ਬੇਗਮ ਰੁੱਸ ਕੇ ਗਈ ਤੇਰੀ, ਉਹ ਵੀ ਇੱਥੇ ਹੀ ਹੋਣੀ ਆ। ਆਰਾਮ ਨਾਲ ਬੱਚਿਆਂ ਦੀ ਗੱਲ ਕਰ, ਹਾਂ ਮਾਮਾ ਲੱਗਦਾ ਤੇ ਬੇਗਮ ਦਾ। ਉਹ ਬੱਚੇ ਬੇਗਮ ਚੋਂ ਹੀ ਹੋਏ, ਕੁਰਾਨਦਾਦੀ ਚੋਂ ਹੋਏ ਬੱਚੇ। ਹੈਲੋ ਕਰ। ਚੱਲ ਮੇਰਾ ਭਰਾ ਨਾ ਅਦੇ ਪੁੱਟ ਕੇ ਮੈਨੂੰ ਨਾ ਦਰਖਤ ਤੇ ਮੈਂ ਜਾਵਾਂ। ਉਹ ਕਿਹੜਾ ਤੂੰ ਹਰਕੁਲੀਸ ਆ ਗਿਆ ਵਾ, ਤੈਨੂੰ ਦਰਖਤ ਪੁੱਟ ਕੇ ਦੇ ਦਾਂ, ਏਦਾਂ ਨਹੀਂ ਹੁੰਦੀ। ਚੱਲ ਨਹੀਂ ਇੱਥੋਂ ਵੱਢ ਦੇ ਫਿਰ, ਕੁਹਾੜੀ ਦੇ ਤੇਰੇ ਕੋਲ ਆ, ਇੱਥੋਂ ਲਾ ਦੇ ਮੈਂ ਲੈ ਜਾਂਦਾ ਵਾਂ। ਤੈਨੂੰ ਕਿੰਨੇ ਪਾਗਲ ਨੇ ਆਖਿਆ ਵਾ ਵੀ ਇਹ ਜਿਹੜੇ ਬੂਟੇ ਆ ਇੰਜ ਪੁੱਟ ਕੇ ਦੇਈਦੇ ਆ? ਤੂੰ ਆਪ ਗਿਆ ਵੀ ਬਾਗਾਂ ਦੇ ਬਾਗ ਲੋਕ ਖਰੀਦ ਲੈਂਦੇ ਆ। ਉਹ ਖਰੀਦ ਲੈਂਦੇ ਆ ਭਾਜੀ, ਫਲ ਖਰੀਦਦੇ ਆ, ਇਹ ਨਹੀਂ ਹੁੰਦਾ। ਇਹਨੂੰ ਫਲ ਹੀ ਲੱਗਾ ਵਾ, ਇਹਨੂੰ ਕੀ ਲੱਗਾ? ਡਾਲਰ ਲੱਗੇ ਆ, ਫਲ ਹੀ ਲੱਗਾ। ਤੁਹਾਡਾ ਅਕਲ ਨਾਲ ਕੰਮ ਨਹੀਂ ਕਰਦੀ ਲੱਗਦਾ। ਚੱਲ ਇਹ ਕਰ, ਤੂੰ ਇੰਜ ਕਰਕੇ ਲਾ ਕੇ ਮੈਨੂੰ ਦੇ ਦੇ ਇੱਥੋਂ ਵੱਢ ਕੇ, ਅਸੀਂ ਜਦੋਂ ਖਾ ਲਾਂਗੇ ਨਾ ਮੈਂ ਤੈਨੂੰ ਇਦਾਂ ਹੀ ਦਰਖਤ ਵਾਪਸ ਲਿਆ ਦਿਆਂਗਾ। ਕਿਆ ਬਾਤ ਆ, ਉਂਝ ਤਾਂ ਉਂਝ ਫੇਰ ਲੱਗ ਜੂਗਾ, ਹੈ ਅਗਲੀ ਵਾਰੀ ਫੇਰ ਉਹਨੂੰ ਫੜ ਲੱਗ ਜੂਗਾ। ਨਹੀਂ ਲੱਗਦਾ ਇਦਾਂ? ਇਦਾਂ ਨਹੀਂ ਲੱਗਦਾ ਭਾ, ਤੂੰ ਮੈਨੂੰ ਮਾਲਕ ਨਾ ਮਿਲਾ ਯਾਰ, ਤੂੰ ਮੇਰਾ ਖਿਆਲ ਤੇਰੀ ਤਬੀਅਤ ਨਹੀਂ, ਤੂੰ ਉਹਨਾਂ ਨੂੰ ਨਾ ਘਾਟਾ ਪਵਾਉਣਾ ਵਾ। ਉਹ ਘਾਟਾ ਨੇ ਮਾਲਕਾਂ ਨੂੰ ਵੀ ਤੁਹਾਨੂੰ ਮਿਲਾ ਦੇਣਾ, ਇੰਜ ਭਾਜੀ ਹੁੰਦਾ ਨੀਗਾ, ਇਦਾਂ ਕੋਈ ਬੰਦਾ ਨੀ ਦੁਨੀਆ ਦੇ ਜਿਹੜਾ। ਭਾਜੀ ਇਹ ਜੋ ਹੁੰਦਾ ਜੇ, ਯਕੀਨ ਕਰੋ, ਨਕਲਾਂ ਕੋ ਲਾਉਣਾ ਮੇਰੀਆਂ ਕਾਪੀਆਂ ਕੋ ਕਰਦਾ। ਕਾਪੀਆਂ ਤੇਰੀਆਂ? ਤੂੰ ਬਈ ਦਮਰਾ ਦਾ ਤੇਰੀ ਕਾਪੀ ਕਰਨੀ ਮੈਂ, ਜਾਂ ਤੂੰ ਸ਼ਾਨ ਆ ਤੇਰੀ ਕਾਪੀ ਕਰ ਰਿਹਾ ਮੈਂ? ਜਾਓ ਟੁਰ ਜਾਓ, ਇੱਥੇ ਕੋਈ ਨੀ, ਅਸੀਂ ਸਾਨੂੰ ਕੰਮ ਕਰਨ ਦਿਓ, ਮੈਂ ਛਿੱਟੀਆਂ ਵੱਢਣੀਆਂ ਵਾ ਜਿਹੜੀਆਂ। ਪਰੇ ਹੋ ਜਾਓ, ਉਹ ਠਹਿਰ ਜਾ, ਹੁਣ ਇੱਥੋਂ ਜੋ ਵੱਢਣ ਦਿਆ, ਇੱਥੇ ਇਹ ਨੀ ਵੱਢਣ ਦਿਆ ਤੂੰ, ਇਹ ਨੀ ਵੱਢਣ ਦਿਆ। ਉਹ ਇਹ ਤੇ ਜਿਹੜੀਆਂ ਸੁੱਕੀਆਂ ਹੁੰਦੀਆਂ, ਟਾਹਣੀਆਂ ਵੱਢਣੀਆਂ ਹੁੰਦੀਆਂ, ਅਸੀਂ ਜਿਹੜਾ ਇਹ ਨਾ ਅੱਗੇ ਫਲ ਨੂੰ ਵਧਣ ਨੀ ਦਿੰਦੀਆਂ ਜਿਹੜੀਆਂ ਸੁੱਕੀਆਂ ਟਾਹਣੀਆਂ ਹੁੰਦੀਆਂ। ਤੂੰ ਵੀ ਮੈਨੂੰ ਅੱਗੇ ਨੀ ਵਧਣ ਦੇ ਰਿਹਾ, ਇਹ ਸੁੱਕੀਆਂ ਹਰੀਆਂ ਮੇਰੀਆਂ ਨੇ, ਪੂਰੇ ਬੂਟੇ ਦਾ ਸੌਦਾ ਹੋ ਗਿਆ। ਚੱਲ ਮੇਰਾ ਭਰਾ ਮੋਢਾ ਲਾ। ਉਹ ਕਿਹੜਾ ਮੋਢਾ ਲਾਵਾਂ, ਇਧਰੋ ਪੁੱਟ, ਇੱਥੋਂ ਇਧਰੋ ਲੈ ਪੁੱਟ, ਏਡਾ ਸੌਖਾ ਨਾ ਕੀ, ਏਡਾ ਸੌਖਾ ਨੀਗਾ ਪੁੱਟਣਾ ਪਟਾਉਣਾ। ਤੂੰ ਪੈਸੇ ਲੈ ਯਾਰ, ਵੇਚਣੇ ਨੇ ਤੂੰ ਫਿਰ ਏਦਾਂ ਹੀ ਲੱਗੇ ਰਹਿਣਗੇ। ਚੋਰੀ ਕੋ ਚਲੀ ਚੱਲਦੇ ਆ ਭਾਈ, ਹਾਂ ਉਹਨਾਂ ਨੂੰ ਪੁੱਛ ਲੈ ਜੇ ਉਹ ਮੰਨਦੇ। ਉਹ ਨਹੀਂ ਤੂੰ ਪਾ ਯਾਰ ਕੀ ਆ ਆਂਦਾ ਜੇ ਚੁੱਕਣ ਡਿਆ ਤੂੰ, ਹੱਥ ਪਾਵਾ ਤੇਰੇ ਨਾਲ, ਜਾਂ ਪਰੇ ਹੋ ਜਾ, ਲਾਂਬੇ ਹੋ ਜਾ। ਹੈਲੋ ਇਧਰ ਆ, ਖੇਚਣਾ ਓਏ ਖੇਚਣਾ, ਇਧਰ ਹੋ ਜਾ ਬੂਟੇ ਤੋਂ। ਮੈਂ ਤਾਜ਼ੇ ਕਿੰਨੋਂ ਲਿਜਾਣੇ ਘਰ, ਤੁਸੀਂ ਨਾ ਬਾਗਿਓਂ ਬਾਹਰ ਹੋਵੋ। ਚਲੋ ਮੇਰਾ ਭਰਾ, ਕਿਉਂ ਆਏ ਹੋ ਨਾ, ਉਧਰ ਹੀ ਨਿਕਲੋ। ਐਵੇਂ ਨਿਕਲੋ, ਮੈਂ ਲਾਹੌਰੋਂ ਆਇਆ ਵਾਂ, ਸਰਗੋਧੇ ਦਾ ਕਿੰਨੋ ਮਸ਼ਹੂਰ ਆ, ਬੱਕਰਾ ਵੀ ਇੱਕ ਮਸ਼ਹੂਰ ਆ, ਉਹ ਕੱਜਲ ਬੱਕਰਾ ਜਿਹੜਾ ਇੱਥੇ। ਕਿਹੜਾ ਕੱਜਲਾ? ਹਾਂ ਉਹ ਕੀ ਕਰਨਾ, ਉਹ ਵੀ ਜੜੋਂ ਪੁੱਟਦਾ? ਨਹੀਂ ਜੜੋਂ ਨਹੀਂ, ਉਹ ਤਾਂ ਵੈਸੇ ਹੀ ਬੰਦਾ ਲੈ ਜਾਂਦਾ ਖਰੀਦ ਕੇ। ਚਲੋ ਹੋਰ ਜਿਹੜੇ ਪਾਲਦੇ ਆ ਉਹਨਾਂ ਕੋ ਜਾਓ। ਕਿੰਨੀ ਤਨਖਾਹ ਤੇਰੀ? ਤਨਖਾਹ ਤਨਖੂਹ ਨਹੀਂ ਹੁੰਦੀ ਇੱਥੇ, ਰੋਟੀ ਪਾਣੀ ਦਿੰਦੇ ਆ ਤੇ। ਕਿੰਨੋਂ ਦਿੰਦੇ? ਨਹੀਂ ਉਹ ਰੈਸ਼ ਵੀ ਦਿੱਤੀ ਆ ਨਾ ਉਹਨਾਂ ਨੇ। ਪੈਸੇ ਨਹੀਂ ਦਿੰਦੇ? ਪੈਸੇ ਪੂਸੇ ਲੋੜ ਹੋਵੇ ਤੇ ਲੈ ਲਈਦੇ ਆ, ਪੈਸੇ ਕਿਹੜਾ ਕਿਤੇ ਭੱਜੇ ਸਾਡੇ ਤੋਂ। ਚੱਲ ਪਾਟ ਹੈ ਪਾ, ਮੈਂ ਨਾ ਇੱਥੋਂ ਹੱਥ ਪਾ ਕੇ ਨਾ ਤੇ ਮੈਂ ਤੈਨੂੰ ਬਾਗਿਓਂ ਬਾਹਰ ਲਾ ਕੇ ਆਉਣਾ ਹੀ। ਉਹ ਬਾਗਿਓਂ ਬਾਹਰ ਕਿਉਂ ਲਾ ਕੇ ਆਉਣਾ ਯਾਰ, ਇੱਕ ਚੀਜ਼ ਤੇਰੀ ਵਿਕਣ ਦਈ ਆ, ਇਹ ਕਾਹਦੇ ਲਈ ਲਾਏ? ਘਰ ਰੱਖਣੇ? ਘਰ ਨਹੀਂ ਰੱਖਣੇ, ਇਦਾਂ ਅਸੂਲ ਦੇ ਖਿਲਾਫ ਹੈ ਭਾਈ, ਸਾਨੂੰ ਚੋਰੀ ਨਵਾਜ਼ ਨੇ ਗੁੱਸੇ ਹੋਣਾ ਹੈ। ਲੈ ਅਸੂਲ ਦੇ ਖਿਲਾਫ, ਮੈਂ ਇਸ਼ਾਰਾ ਤੋੜ ਦਿੱਤਾ ਜੀ, ਅਸੂਲ ਦੇ ਖਿਲਾਫ ਆ, ਪਿੱਛੇ ਚਲੋ ਜੀ ਚਲਾਨ ਹੋਏਗਾ ਤੁਹਾਡਾ। ਤੁਸੀਂ ਨਾ ਆਪਣਾ ਕਿਸੇ ਹੋਰ ਬਾਗ ਵਾਲੇ ਕੋਲ ਚਲੇ ਜਾਓ, ਸਾਡੇ ਯਾਰ ਇਹ ਅੱਲਾ ਦੀ ਬਣਾਈ ਜ਼ਮੀਨ ਆ ਤੁਹਾਡੀ, ਇਹ ਤੇ ਇੱਥੇ ਫੇਰ ਉਗਾਉਣੇ ਆ। ਮੈਂ ਕਹਿੰਦਾ ਚੋਰੀ ਤੂੰ ਮੇਰੇ ਕੋਲ ਨਾ ਲੱਤਾਂ ਛੰਗਾਉਣੀਆਂ ਵਾ। ਕੋਈ ਲੱਤਾਂ ਗਾਲੀ ਛੰਗਾਉਣੀਆਂ ਯਾਰ, ਤੂੰ ਇੱਥੇ ਕੰਮ ਕਰਦਾ? ਕੰਮ ਕਰਦਾ ਵੇ, ਇੱਧਰ ਮੈਨੂੰ ਬੂਟਾ ਦੇ। ਏਦਾਂ ਨਹੀਂ ਅਸੀਂ ਕੰਮ ਕਰਦੇ। ਹੈਲੋ ਵੀ ਅਸੀਂ ਤੈਨੂੰ, ਹੈਲੋ ਉਹ ਖੇਚਣਾ ਓਏ ਖੇਚਣਾ, ਮੈਂ ਤੈਨੂੰ ਉਹ ਖੇਚਣਾ, ਤੂੰ ਪਾੜ ਜਾਣਾ ਸਕੂਨ ਨਾ ਬੈ ਖੇਚਣਾ ਭਾਈ। ਉਹ ਬੂਟਾ ਪਾਗਲਿਆ ਪਾਗਲਿਆ, ਮੈਂ ਜੋੜ ਕੇ ਮਾਰਨੀ ਉਹ ਲਾ ਕੇ। ਤੂੰ ਕਿੰਨੋ ਦਾ ਬੂਟਾ ਦੇ ਮੈਨੂੰ? ਬੂਟਾ ਦਵਾਂ ਤੈਨੂੰ? ਏਦਾਂ ਪੁੱਟ ਕੇ ਮਖੌ ਲਿਆ ਨਾ ਇੱਥੇ, ਮਾਲਕ ਮਾਲਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਤੂੰ। ਹਾਂ ਨੁਕਸਾਨ ਪਹੁੰਚਾ ਰਿਹਾ ਆ। ਚੋਰੀ ਜੀ, ਚਲੋ ਚੋਰੀ ਨਵਾਜ਼ ਸਾਹਿਬ ਕੋਲ ਚਲੇ ਜਾਂਦੇ। ਚਲੋ ਆਜੋ ਆਜੋ ਚੋਰੀ ਸਾਹਿਬ, ਆ ਸ਼ਹਿਰੋਂ ਬੰਦਾ ਆਇਆ ਜੀ ਤੇ
ਅਸੀਂ ਮੈਂ ਕਿਹਾ ਵੀ ਫਲ ਫੁਲ ਚਾਹੀਦਾ ਤੇ ਤੁਸੀਂ ਲੈ ਲਓ ਤੇ ਉਹ ਕਹਿਣ ਡਿਆ ਜੀ ਵੀ ਅਸੀਂ ਨਾ ਦਰਖਤ ਜਿਹੜਾ ਜੜੋਂ ਪੁੱਟ ਕੇ ਤੇ ਸਾਨੂੰ ਦੇ ਦੋ ਤਿੰਨ ਦਰਖਤ ਆ ਵੇਖੋ ਜਰਾ ਇਹਨਾਂ ਦੀ ਸੁਣ ਲਓ ਹੁਣ ਆਪ ਹੀ ਚੋਰੀ ਸਾਹਿਬ ਮਤਲਬ ਇਹ ਮਾਲੀ ਆ ਇਹਦਾ ਕੰਮ ਆ ਤੁਹਾਡਾ ਮਤਲਬ ਦੇਖਭਾਲੀ ਕਰਦਾ ਕੋਈ ਗਾਹਕ ਆਇਆ ਉਹਨੂੰ ਡੀਲ ਤੇ ਕਰੇ ਤੇ ਮੈਂ ਕਿਹਾ ਜੀ ਤਿੰਨ ਬੂਟੇ ਮੈਨੂੰ ਪੁੱਟ ਕੇ ਦੇ ਦੇ ਮੈਂ ਗੱਡੀ ਚ ਰੱਖ ਕੇ ਲੈ ਜਾਂਦਾ ਜਹਾਂਜ਼ੇਬ ਸਾਹਿਬ ਤੁਸੀਂ ਦੱਸੋ ਵੀ ਇੰਜ ਕਦੀ ਹੋਇਆ ਵਾ ਤੁਸੀਂ ਵੀ ਜ਼ਿਮੀਦਾਰ ਜੋ ਤੇ ਕੰਸਟਰਕਸ਼ਨ ਦਾ ਵੀ ਕੰਮ ਕਰਦੇ ਹੋ ਤੇ ਇਹ ਕਦੀ ਹੋਇਆ ਵੀ ਜਿਹੜੇ ਬੂਟੇ ਪੱਟ ਕੇ ਤੇ ਬੰਦਾ ਦੇ ਦੇਵੇ ਉਹਨਾਂ ਨੇ ਕੰਸਟਰਕਸ਼ਨ ਕੀਤੀ ਬੂਟੇ ਪੁੱਟ ਕੇ ਕੀਤੀ ਆ ਮੈਨੂੰ ਤਿੰਨ ਬੂਟੇ ਦਵੋ ਫਲ ਸਮੇਤ ਜੜੋਂ ਪੁੱਟ ਕੇ ਦੱਸੋ ਮੈਂ ਕਿੱਦਾਂ ਦੇ ਦਾ ਇਹਨਾਂ ਨੂੰ ਜਾਂ ਤੁਸੀਂ ਦਵੋ ਮਾਲਕ ਜੇ ਮੈਨੂੰ ਤਾਂ ਕੋਈ ਇਤਰਾਜ਼ ਨੀ ਮੈਂ ਪੁੱਟ ਦਿੰਦਾ ਹੈ ਨਹੀਂ ਤੁਸੀਂ ਇੱਕ ਗੱਲ ਦੱਸੋ ਭਾਈ ਜੀ 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 ਤੁਸੀਂ ਫਲ ਖਾਓ ਤੁਸੀਂ ਇਹਨੂੰ ਕੀ ਕਰਨਾ ਉਹ ਸਰ ਪਤਾ ਕੀ ਹੈ ਫਲ ਲੱਗਣਾ ਕੋਈ ਨਹੀਂ ਕਿਉਂਕਿ ਸਰਗੋਧੇ ਦਾ ਕਿੰਨੋ ਜਿਹੜਾ ਨਾ ਇਹ ਸੀਜ਼ਨ ਹੈ ਇਸ ਵੇਲੇ ਇਹ ਮਤਲਬ ਪੂਰੇ ਪਾਕਿਸਤਾਨ 'ਚ ਸਰਗੋਧੇ ਦਾ ਕਿੰਨੋ ਮਸ਼ਹੂਰ ਆ ਮੈਂ ਉਹ ਘਰ ਕਹਿ ਆਇਆ ਬੱਚਿਆਂ ਨੂੰ ਮੈਂ ਸਰਗੋਧੇ ਜਾ ਉਹਨਾਂ ਕਹੀ ਬਾਈ ਸਾਡੇ ਨੇ ਨਾ ਕਿੰਨੂਆਂ ਦਾ ਬੂਟਾ ਲੈ ਆਉਣਾ ਓ ਯਾਰ ਤੂੰ ਘਰ ਦੱਸੋ ਟਰੱਕ ਲੈ ਕੇ ਆਇਓ ਨਾਲ ਕੋਈ ਨਹੀਂ ਲੈ ਗਿਆ ਟਰਾਲੇ ਤੇ ਲੈ ਕੇ ਜਾ ਸੋ ਇਸ ਜਦ ਲੈ ਗਿਆ ਨਹੀਂ ਨਹੀਂ ਇੱਥੋਂ ਮੈਂ ਮਤਲਬ ਕੱਢਾਂਗਾ ਬਾਹਰ ਉੱਥੋਂ ਮੈਂ ਗੱਡੀ ਡਾਲਾ ਖਲੋਤਾ ਉਹ ਲਾਰੀ ਅੱਡੇ ਛਾਤੇ ਇਦਾਂ ਦੇ ਨਹੀਂ ਹੁੰਦੇ ਪੱਲੇਦਾਰ ਉਹ ਛਾਤੇ ਰੱਖ ਦੇਣਗੇ ਤੁਸੀਂ ਕਿੰਨੋ ਖਾਣ ਤੇ ਮਨਾ ਕੀਤਾ ਇੱਥੇ ਗੋਗਾ ਨਹੀਂ ਖਾ ਸਕਦਾ ਤੇ ਕਿਉਂ ਨਹੀਂ ਖਾਂਦਾ ਇਹਦਾ ਦਾਦਾ ਵੀ ਸਾਡੇ ਕੋਲ ਸੀ ਪਾਪ ਵੀ ਸਾਡੇ ਕੋਲ ਸੀ ਇਹ ਗੋਗਾ ਦਾ ਮਾਲਕ ਹੈ ਅਸੀਂ ਗੁਰਗੇ ਨੂੰ ਇਤਰਾਜ਼ ਦਿੱਤੇ ਨੇ ਵੇਲਾ ਉਹਨਾਂ ਨੇ ਤੁਹਾਨੂੰ ਕਦੀ ਨੌਕਰ ਨਹੀਂ ਸਮਝਿਆ ਤੇ ਅਸੀਂ ਕਦੋਂ ਉਹਨਾਂ ਨੂੰ ਮਾਲਕ ਸਮਝਿਆ ਲੱਖ ਲੱਖ ਫਿੜੇ ਮੂੰਹ ਤੇਰਾ ਸਾਡੇ ਵੱਡੇ ਆ ਅਸੀਂ ਇੱਜ਼ਤ ਕਰਦੇ ਆ ਉਹ ਸਾਡਾ ਲਿਹਾਜ਼ ਕਰਦੇ ਤੇ ਚੋਰੀ ਨਵਾਜ਼ ਆਇਆ ਫਿਰ ਹਾਂਜੀ ਚੋਰੀ ਨਵਾਜ਼ ਸਾਹਿਬ ਆ ਜੀ ਚੋਰੀ ਨਵਾਜ਼ ਸਾਹਿਬ ਤੇ ਉੱਤੋਂ ਹੀ ਪੜ ਲੈਂਦੇ ਹੁਣੇ ਇੰਜ ਕਰਕੇ ਕਿੰਨੋ ਨਾਲ ਕੱਦ ਤੇ ਦੇਖੋ ਨਾ ਜੀ ਉਹ ਫਿਰ ਤੁਹਾਨੂੰ ਪਤਾ ਵਾ ਜ਼ਿਮੀਦਾਰਾਂ ਦੇ ਇਦਾਂ ਦੇ ਕੱਦ ਹੁੰਦੇ ਆ ਨਹੀਂ ਜੀ ਮਾਸ਼ਾਅੱਲਾ ਠੀਕ ਆ ਜੀ ਅਸੀਂ ਜੋਸ਼ੋ ਖਾਦੇ ਹੁੰਦੇ ਨਾ ਫਰਾਕਾਂ ਠੀਕ ਹੁੰਦੀਆਂ ਮੈਂ ਇਸ ਲਈ ਕਹਿਣਾ ਕਿ ਮੈਂ ਵੀ 4 ਦਿਨ ਚਲੋ ਸੀਜ਼ਨ ਕਿੰਨੂਆਂ ਦਾ ਨਹੀਂ ਭਾਜੀ ਇਦਾਂ ਤੇ ਮੈਂ ਚੋਰੀ ਸਾਹਿਬ ਮੈਂ ਤੇ ਨਹੀਂ ਜੇ ਇਦਾਂ ਦਿੰਦਾ ਜੜੋਂ ਪੁੱਟ ਕੇ ਮੈਂ ਤੇ ਦਿਨ ਰਾਤ ਅਸੀਂ ਲਾਈ ਆ ਸਾਰੀ ਉਮਰ ਵੱਡੇ ਪੌਦੇ ਜਵਾਨ ਕੀਤੇ ਤੁਸੀਂ ਸ਼ਿਕ ਕਿਉਂ ਰੱਖੀ ਕਿ ਤੁਸੀਂ ਨਾਲ ਲੈ ਕੇ ਜਾਣਾ ਸਾਰੀ ਦੁਨੀਆ ਨੂੰ ਪੈਕਿੰਗ ਕਰਾਂਦੀ ਤੁਸੀਂ ਨਾਲ ਪੁੱਟ ਕੇ ਲੈ ਜਾਣ ਇਹਦੀ ਜ਼ਿੰਦਗੀ ਖਤਮ ਕਰਨ ਲੱਗੇ ਤੁਸੀਂ ਸਰ ਦੇਖੋ ਚੋਰ ਸਾਹਿਬ ਇਸ ਤਰ੍ਹਾਂ ਦੇ ਹਰ ਬੰਦਾ ਹੀ ਕਿੰਨੋ ਲੈ ਕੇ ਜਾਂਦਾ ਤੁਸੀਂ ਬੋਰੀਆਂ 'ਚ ਪਾ ਦਿੰਦੇ ਜਾਂ ਡੱਲ ਬਣਾ ਦਿੰਦੇ ਜਾਂ ਪੈਕਿੰਗ ਕਰ ਦਿੰਦੇ ਡੱਬਿਆਂ 'ਚ ਇਹ ਬੂਟਾ ਜਿਹੜਾ ਨਾ ਇੱਕ ਚੇਂਜ ਦੇਣਾ ਚਾਹੀਦਾ ਨਾ ਜ਼ਿੰਦਗੀ 'ਚ ਮਤਲਬ ਫਰੌਨ ਦੀ ਮਿਸਾਲ ਕਰਨ ਦੇਣ ਲੱਗੇ ਹੋ ਸਾਨੂੰ ਮੇਰੀ ਗੱਲ ਤੇ ਸੁਣੋ ਦਿਓ ਕਿਹਾ ਚੋਰ ਸਾਹਿਬ ਨੇ ਉਹ ਸਰ ਜੀ ਉਹ ਸਰ ਜੀ ਉਹ ਆਂਦਾ ਵੀ ਜੜੋਂ ਦਵੋ ਬੂਟੇ ਪੁੱਟ ਕੇ ਹੁਣ ਦੱਸੋ ਮੈਂ ਕਿੱਦਾਂ ਦਵਾਂ ਚਲੋ ਕੁਹਾੜੀ ਇਹਦੀ ਹਾਂਜੀ ਵਾਪਸ ਲਾਏਗਾ ਫਿਰ ਆ ਕੇ ਵਾਪਸ ਵੇਖ ਲੋ ਜੇ ਮੁੜ ਕੇ ਏਦਾਂ ਹੁੰਦੇ ਆ ਬੂਟੇ ਕਦੀ ਵੀ ਅਸੀਂ ਪੁੱਟ ਦਈਏ ਤੇ ਫੇਰ ਮੁੜ ਕੇ ਇੱਕ ਦਿਨ ਪੁਰਾਣਾ ਮਲਾਜ਼ਮ ਮੈਂ ਇਹਨੂੰ ਨਾ ਤੰਗ ਨਹੀਂ ਉਹਦੇ ਸ਼ਕਲੋਂ ਹੀ ਲੱਗ ਰਿਹਾ ਬਹੁਤ ਪੁਰਾਣਾ ਜੀ ਹਾਂਜੀ ਮੈਨੂੰ ਫੜੀ ਯਾਰ ਹਾਂਜੀ ਅੱਛਾ ਚਲੋ ਯਾਰ ਅਸੀਂ ਬੂਟਾ ਪਟਾ ਦੇਣਾ ਬੂਟੇ ਦਾ ਮੁੱਲ ਵੱਖਰਾ ਪਾਣਾ ਗੋਗੇ ਵੱਖਰਾ ਮੁੱਲ ਹਾਂ ਵੇਖ ਲੋ ਫੇਰ ਵੱਖਰਾ ਲੱਗੇਗਾ ਰੇਟ ਉਹਦਾ ਨਹੀਂ ਵੱਖਰਾ ਨਹੀਂ ਤੁਸੀਂ ਆਪਣੇ ਕਿੰਨੋ ਗਿਣ ਲਓ 30 ਸਾਲ ਦੀ ਜ਼ਿੰਦਗੀ ਉਹਦੀ ਖਤਮ ਹੋ ਜਾਣੀ ਯਾਰ ਗਿਣ ਕਿੱਦਾਂ ਲਈਏ ਕਿਹੜਾ ਕੈਲਕੂਲੇਟਰ ਹੈ ਜਿਹੜੇ ਲੱਗਿਆਂ ਨੂੰ ਗਿਣ ਲਵੇ ਕਿਉਂ ਤੜਾਈ ਹੋਊਗੀ ਤੇ ਗਿਣੇ ਜਾਣੇ ਤੇਰਾ ਤਜਰਬਾ ਕੋਈ ਨਹੀਂ ਕੰਮ ਦਾ ਨਹੀਂ ਤੇ ਤੂੰ ਘਰ ਜਾ ਕੇ ਨਿਆਣਿਆਂ ਕੋ ਤੜਗਨਾਲੀ ਜਿੰਨੇ ਲੱਗਦੇ ਤੇ ਮੈਂ ਗਿਣ ਕੇ ਹੀ ਲੈ ਕੇ ਜਾਣੇ ਉਹਦੇ ਹਿਸਾਬ ਨਾਲ ਹੀ ਪੈਸੇ ਦੇਣੇ ਕਿੰਨੇ ਚਾਹੀਦੇ ਕਿੰਨੇ ਕਿੰਨੂ ਕਿੰਨੇ ਚਾਹੀਦੇ ਆ ਤੈਨੂੰ ਆਹੋ ਵੀ ਦੱਸ ਦੋ ਵੀ ਕਿੰਨੇ ਨਿਆਣੇ ਆ ਉਹਦੇ ਹਿਸਾਬ ਨਾਲ ਕਿੰਨੇ ਤੁਹਾਨੂੰ ਕਿੰਨੂ ਚਾਹੀਦੇ ਆ ਮੇਰੇ 5 ਬੱਚੇ ਆ ਤੇ 4 ਕਿੰਨੋ ਇੱਕ ਬੱਚਾ ਖਾਏ ਕਿੰਨੇ ਬਣ ਗਏ 4 5 ਆ 20 20 ਕਿੰਨੂ ਬਣਦੇ ਆਹੋ ਤੇ ਕੀ ਆਹੋ 20 ਕਿੰਨੋ ਚੋਰੀ ਨਵਾਜ਼ ਨੂੰ ਪਤਾ ਹੈਗਾ ਇੱਕ ਦਰਖਤ ਨੂੰ ਕਿੰਨੇ ਹੋਣਗੇ ਮਤਲਬ 200-250 ਕੋਈ ਅੰਦਾਜ਼ਨ ਮੁਖਤਲਿਫ ਬੂਟਿਆਂ ਦਾ ਜਿਹੜੇ ਬੜੇ ਬੂਟਿਆਂ ਨਾਲੋਂ ਜ਼ਿਆਦਾ ਛੋਟਿਆਂ ਦਾ ਕੰਮ ਨਹੀਂ ਫਿਰ ਵੀ ਅੱਟਾ ਸੱਟਾ ਤਕਰੀਬਨ 700-800 ਹਜ਼ਾਰ ਤੱਕ ਵੀ
ਮੈਂ ਨਾਲ ਲੱਗਦਾ ਤੇਰੇ ਮਾਲਕ ਕੋਲ ਖਲੋਤਿਆ ਮੈਂ ਤੇ ਨੀਚੇ ਵੜਦਾ ਮੈਂ ਤੇ ਨੀ ਸੀਨੇ ਚ ਮਾਰਦਾ ਕੁਹਾੜੀ ਜਿਹੜੇ ਮੈਂ ਹੱਥੀ ਪਾਲੇ ਓ ਯਾਰ ਜਦ ਮਾਲਕ ਕਹਿੰਦੇ ਤੇ ਤੂੰ ਕਿਉਂ ਨੀ ਪੜਦਾ ਓ ਖਲੋ ਯਾਰ